ਮੇਰੀਆਂ ਮੱਜਾਂ ਮੇਰੇ ਇਸ਼ਾਰੇ ਤੇ ਨੱਚਦੀਆਂ ਨੇ ਉਹ ਪਿਆਰ ਕਦਾ ਹੋਇਆ ਅਗਰ ਆਵਾਜ਼ ਮਾਰਾਂ ਮੇਰੀਆਂ ਮੱਜਾਂ ਹਾਜ਼ਰ ਨਾ ਹੋਣ ਅਗਰ ਕਹਿੰਦੇ ਹੋ ਤੇ ਮੈਂ ਹੁਣੇ ਆਵਾਜ਼ ਮਾਰ ਦੇਣਾ ਪਿੱਛੋ ਆਜੋ ਬੜੀ ਗੱਲ ਹੈ ਜੀ ਮਾਸ਼ੱਲਾ ਮਾਸ਼ੱਲਾ ਸਾਰੀਆਂ ਮੱਜਾਂ ਹਾਜ਼ਰ ਹੋਣ ਦੀਆਂ ਇਹਨਾਂ ਦੇ ਕੋਈ ਨਾਂ ਵੀ ਰੱਖੇ ਜੇ ਜੀ ਬਿਲਕੁਲ ਰੱਖੇ ਨੇ ਕੀ ਕੀ ਨਾਂ ਰੱਖੇ ਜੇ ਮੈਂ ਸਮਝਦਾ ਨਾ ਮੈਂ ਪਿੱਛੋ ਰੱਖਿਆ ਹੋਇਆ ਹੈ ਇਸ ਦਾ ਇਹ ਘਰ ਦੀ ਚੋਟੀ ਏ ਠੀਕ ਹੈ ਇਹਦਾ ਨਾਮ ਮਹਾਲੂਆ ਹੀ ਰੱਖਿਆ ਹੋਇਆ ਹੈ ਠੀਕ ਹੈ ਇਹ ਗੁਜਰਾਂਲੀ ਮਾਝ ਦੀ ਬੱਚੀ ਏ ਠੀਕ ਹੈ ਇਹਦਾ ਨਾਮ ਗੁਜਰਾਂਲੀ ਏ ਉਹ ਬਿੱਲੀ ਏ ਠੀਕ ਹੈ ਜੀ ਔਰ ਉਸ ਪਿੱਛੇ ਉਹ ਜੀ ਨਸ਼ਾਰੇ ਦੀ ਏ ਨਸ਼ਾਰੇ ਤੋਂ ਲੈਂਦੀ ਏ ਤੇ ਉਹਦਾ ਨਾਮ ਨਸ਼ਾਰੇ ਹੀ ਰੱਖਿਆ ਗਿਆ ਅੱਛਾ ਬੜੀ ਗੱਲ ਏ ਮੱਝਾਂ ਨੂੰ ਹੁਣੇ ਪੱਠੇ ਪਾਏ ਨੇ ਤੇ ਮੱਝਾਂ ਭੁੱਖੀਆਂ ਪੱਠੇ ਖਾਣਾ ਸ਼ੁਰੂ ਕੀਤੇ ਨੇ ਲੇਕਿਨ ਤੁਸੀਂ ਇੱਕ ਇਸ਼ਾਰਾ ਇੱਕ ਆਵਾਜ਼ ਮਾਰੀ ਹੈ ਮੱਝਾਂ ਹਜ਼ਰ ਹੋ ਗਈਆਂ ਨੇ ਬੜੀ ਗੱਲ ਏ ਇਹ ਪਿਆਰ ਕਿੰਜ ਕੀਤਾ ਏ ਇਸ ਲੈਵਲ ਤੇ ਕਿੰਜ ਪਹੁੰਚੇ ਹੋ ਤੁਸੀਂ ਜੀ ਇਹਨਾਂ ਨੂੰ ਟਾਈਮ ਦੇਈਦਾ ਇਹਨਾਂ ਨਾਲ ਪਿਆਰ ਕਰੀਦਾ ਔਰ ਉਸ ਤੋਂ ਇਲਾਵਾ ਇਹਨਾਂ ਮੈਂ ਕੁਝ ਤੇ ਮੇਰੀਆਂ ਗਾਰਦੀਆਂ ਪਾਲੀਆਂ ਹੋਈਆਂ ਨੇ ਮੈਂ ਸ਼ੁਰੂ ਤੋਂ ਹਲਾਇਆ ਹੋਇਆ ਕਿ ਮੇਰੇ ਨਾਲ ਪਿਆਰ ਇਹਨਾਂ ਦਾ ਇੰਨਾ ਕੋਏ ਕਿ ਇਹਨਾਂ ਨੂੰ ਇੰਨਾ ਕੋ ਮੈਂ ਖਰਾਕ ਦੇ ਰਿਆਂ ਕਿ ਅਗਰ ਮੈਂ ਆਵਾਜ਼ ਮਾਰਦਾ ਪੱਠੇ ਛੱਡ ਕੇ ਵੀ ਹਾਜ਼ਰ ਹੁੰਦੀਆਂ ਤੇਰੀ ਉਮਰ ਵਿੱਚ ਤੇ ਮੁੰਡੇ ਗਲਤ ਗਲਤ ਕੰਮ ਕਰਦੇ ਨੇ ਕੁੜੀਆਂ ਦੇ ਪਿੱਛੇ ਪੈ ਜਾਂਦੇ ਨੇ ਤੂੰ ਮੱਜਾਂ ਦੇ ਪਿੱਛੇ ਪੈ ਗਿਆ ਜੀ ਮੈਂ ਉਹਨਾਂ ਦਾ ਪਿਆਰ ਕੁੜੀਆਂ ਨਾਲ ਹੁੰਦਾ ਹੈ ਮੇਰਾ ਪਿਆਰ ਮੱਜਾਂ ਨਾਲ ਹੈ ਔਰੇ ਪਿਆਰ ਅੱਛਾ ਹੈ ਸਾਫ਼ ਸੁਥਰਾ ਹੈ ਸੱਚਾ ਹੈ ਜੀ ਇਹਨਾਂ ਨਾਲ ਇਹਨਾਂ ਵਿੱਚ ਵਫਾਦਾਰੀ ਮਿਲਦੀ ਏ ਜਾਨਵਰਾਂ ਨਾਲ ਮੈਂ ਪਿਆਰ ਕੀਤਾ ਮੈਨੂੰ ਵਫਾਦਾਰੀ ਮਿਲੀ ਏ ਔਰ ਕਿਸੇ ਬੰਦੇ ਨਾਲ ਜਾਂ ਕਿਸੇ ਬੀਬੀ ਨਾਲ ਕਰੋ ਬੇਫਾਈ ਕਰਦੀ ਏ ਤੋਖਾ ਦਿੰਦੀ ਏ ਇਹ ਤੋਖਾ ਨਹੀਂ ਦਿੰਦੇ ਵਾਹ ਦਿਲ ਜਲੇ ਯਾਰਾਂ ਦਾ ਕੰਮ ਮਰਦਾਂ ਦਾ ਕੰਮ ਏ ਮੱਜਾਂ ਦਾ ਕੰਮ ਹੀ ਨਹੀਂ ਸਾਡਾ ਪਿਆਰ ਵੀ ਇਸ ਪਿਆਰ ਨੇ ਕੋੜੀ ਗੱਡੀ ਤੇ ਕੋਠੀ ਔਰ ਜ਼ਮੀਨਾਂ ਸਾਂ ਦਿੱਤੀਆਂ ਨੇ यार वीडियो के साथ साथ आज मैं आपके लिए एक खास चीज लेकर आया हूं जिसको इस्तेमाल करके आप बेशुमार फायदा हासिल कर सकते हैं अगर आप वज़न कम करना चाहते हैं तो सिर्फ एक महीना ये काहवा इस्तेमाल करें और 10 से 15 किलो वजन कम करें जी हां गिलगत बल्तस्तान के पहाड़ों पर उगने वाली ये खास चीज दिल के मरीजों ब्लड प्रेशर कब्ज़ और चर्बी के खात्मे के लिए इस्तेमाल की जाती है तो आप भी अगर इन बीमारियों में से किसी बीमारी से भी परेशान हैं और इनसे बगैर किसी साइड इफ़ेक्ट्स के निजात हासिल करना चाहते हैं तो अभी घर बैठे थाइम टी ऑर्डर करें नीचे डिस्क کے میں دیے گئے لنک کے ذریعے شکریہ اجا دسو ہوں اپنا نام دسو پہلا جی میرا نام گلفرم حیدر ہے گلفرم حیدر علاقہ کیڑا ہے میرا جی گوجرانوالہ دا ضلع ہندا ہے میرا پنڈ دا نام رتا دوٹھنا ہے ٹھیک ہے مجھاں دے کام وچ کتنے سالاں تو پی ایس ہیں میں 2012 تو لے کے انہاں وچاں تے 2012 تو لگ کے اج تک کیڑے چھنڈے گڈلے نہیں ਬੋਤ ਜੀ ਚੰਡੇਗੜ੍ਹ ਲੈਣੇ ਵੇਖੋ ਜੀ ਮੈਂ ਕੋੜੀ ਏ ਮੈਂ ਇਹਨਾਂ ਦੇ ਵਿੱਚ ਬਣਾਈ ਗੱਡੀ ਆ ਕੋਠੀ ਆ ਜੀ ਠੀਕ ਹੈ ਜ਼ਮੀਨ ਹੈ ਜੀ ਬਿਲਕੁਲ ਮੈਨਾਂ ਦੇ ਵਿੱਚੋਂ ਗਿਆ ਲੈ ਅੱਛਾ ਗੁਲਫਾਰਮ ਹੈ ਅਦਰ ਉਮਰ ਕਿੰਨੀ ਆ ਮੇਰੀ ਉਮਰ ਇਸ ਟਾਈਮ 24 ਸਾਲ ਹੈ ਜੀ 24 ਸਾਲ ਪਹਿਲਾਂ ਕੋਈ ਵੱਡਾ ਵੀ ਕੰਮ ਕਰਦਾ ਸੀ ਜਾਂ ਤੈਨੂੰ ਕਿ ਸ਼ੌਕ ਪੈ ਗਿਆ ਜੀ ਮੇਰੇ ਬਜ਼ੁਰਗ ਵੀ ਕੰਮ ਕਰਦੇ ਸਨ ਜੀ ਮੇਰੇ ਵਾਲਦਾ ਸਾਹਿਬ ਵੀ ਕਰਦੇ ਹਨ ਮੇਰੇ ਦਾਦਾ ਸਾਹਿਬ ਵੀ ਕਰਦੇ ਸਨ ਇਹ ਕੰਮ ਕਰ ਰਹੇ ਨੇ ਇਹ ਵਿਰਾਸਤੀ ਕੰਮ ਸੀ ਜੀ ਇਹ ਮੇਰਾ ਵਿਰਾਸਤੀ ਕੰਮ ਸੀ ਮਗਰ ਮੈਂ ਨੂੰ ਮੇਰਾ ਜ਼ਿਆਦਾ ਦਿਲ ਲੱਗੀ ਹੋ ਗਈ ਨਾ ਜਨਵਰਾਂ ਨਾਲ ਮੱਝਾਂ ਨਾਲ ਮੈਂ ਉਹਨਾਂ ਨੂੰ ਪਿਆਰ ਦੇ ਤੱਕ ਰੱਖਿਆ ਜੀ ਮਾਸ਼ਾਅੱਲਾ ਐ ਦੱਸੋਗ ਤੁਸੀਂ ਇਸ ਟਾਈਮ ਤੁਹਾਡੇ ਕੋਲ ਕਿੰਨੀ ਘਰੌਣਾ ਕਿ ਮਾਸ਼ਾਅੱਲਾ ਜੀ ਮੇਰੇ ਕੋਲ ਇਸ ਟਾਈਮ ਅੰਦਰ ਜੋ ਹੈ ਜੀ ਉਹ 10 ਕੁ ਮੱਝਾਂ ਨੇ ਜੀ ਕੋ ਬਸ ਬਾਹਰ گاਵਾ ਨੇ ਜੀ ਜੀ ਠੀਕ ਹੈ ਜਿੱਦੂ ਉਸ ਦੂਸਰੀ ਨਾਲ ਪਰਲੀ ਸਾਈਡ ਤੇ ਬੱਜੀ ਹੋਈਆਂ ਨੇ ਮੱਝਾਂ ਜੀ ਅੱਛਾ ਪੈਸੇ ਕਮਾਣਾ ਮੱਝਾਂ ਕੋਲੋਂ ਔਖਾ ਕੰਮ ਏ ਕਿ ਸੌਖਾ ਕੰਮ ਏ ਬਹੁਤ ਸੌਖਾ ਕੰਮ ਹੈ ਜੀ ਇੱਕ ਮੱਝ ਤੁਹਾਨੂੰ ਕੀ ਬਚਾ ਕੇ ਦੇਗੀ ਤੇ ਕੀ ਤੁਹਾਡਾ ਖਾਏਗੀ तकरीबन ਜੀ ਇੱਕ ਦਿਨ ਦਾ ਇੱਕ ਮੱਝ ਹੈ ਮਾਮੂਲੀ ਤੌਰ ਤੇ 12 ਤੋਂ 16 ਕਿਲੋ ਦੁੱਧ ਦੇ ਰਹੀ ਹੈ ਲੀਟਰ ਜ਼ਬਰਦਸਤ 16 ਲੀਟਰ ਤੱਕ ਦੁੱਧ ਦੇ ਰਹੀ ਹੈ ਜੀ ਜਿਸ ਦੀ ਕੀਮਤ ਅਗਰ ਤਾਂ ਉਹ ਲਈ ਜਾਏ ਸੋਧ ਦੇ ਹਿਸਾਬ ਤੇ ਕਿਉਂਕਿ तकरीबन ਆਮ ਨਾਰਮਲ ਹਾਲ ਦੇ ਸੋਧ ਦੇ 1600 ਰੁਪਿਆ ਇਹਦੇ ਜੀ ਇੱਕ ਦਿਹਾੜੀ ਦਾ 600 ਰੁਪਿਆ ਖਾ ਰਹੀ ਹੈ ਜੀ 1000 ਰੁਪਏ ਦੀ ਦਿਨ ਦੀ ਬਚਤ ਦੇ ਰਹੀ ਹੈ ਅਗਰ ਪੂਰਾ ਸਾਬ ਲਾਇਆ ਜਾਏ ਇਹ ਮੱਝਾਂ ਇੱਕ ਸੂਏ ਦੇ ਵਿੱਚ ਆਪਣੇ ਪੈਸੇ ਉਤਾਰ ਦਿੰਦੀਆਂ ਨੇ ਜਿੰਨੇ ਪੈਸੇ ਹੋਣ ਉਤਾਰ ਦਿੰਦੀਆਂ ਨੇ ਅਗੋ ਪੈਸੇ ਵੀ ਇਹਨਾਂ ਦਾ ਨਾਫਾ ਇਹ ਬੱਚਾ ਵੀ ਹੈ ਇਹਨਾਂ ਦਾ ਮੁਨਾਫਾ ਹੈ ਅਗੋ ਮੱਝ ਵੀ ਮੁਨਾਫੇ ਦੀ ਹੈ ਜ਼ਬਰਦਸਤ ਅਚਾ ਕੀ ਲੱਗਦਾ ਹੈ ਕਿ ਇਸ ਕੰਮ ਦੇ ਵਿੱਚ ਤੂੰ ਕਿੰਨੀ ਕ ਅੱਗੇ ਜਾ ਸਕਣਾ ਹੈ ਇਹਦੇ ਵਿੱਚ ਤਰੱਕੀ ਦੇ ਕਿੰਨੇ ਕੇ ਚਾਂਸਸ ਮੌਜੂਦ ਨੇ ਇਹਦੇ ਵਿੱਚ ਤਰੱਕੀ ਦੇ 100 ਬਟਾ 100% ਤਰੱਕੀ ਦੇ ਚਾਂਸ ਨੇ ਜ਼ਬਰਦਸਤ ਅਗਰ ਕੋ ਬੰਦਾ ਤੂੰ ਤੇ ਮਾਸ਼ਾਅੱਲਾ ਮਿਹਨਤ ਕੀਤੀ ਤੇ ਤੇਰੇ ਕੋ ਰੌਣਕ ਵੀ ਹੈ ਅਗਰ ਕੋ ਬੰਦਾ ਐਸੀ ਤਰ੍ਹਾਂ ਚਾਹੇ ਕਿ ਉਹ ਵੀ ਕੋਠੀਕਾਰ ਕੋੜੀ ਤੇ ਜ਼ਮੀਨਾਂ ਦਾ ਮਾਲਕ ਬਣੇ ਉਹਨੂੰ ਕਿੰਨੀਆਂ ਕੇ ਮੱਜਾ ਰੱਖ ਕੇ ਇਸ ਕੰਮ ਦਾ ਖਾਸ ਕਰਨਾ ਚਾਹੀਦਾ ਹੈ ਤਕਰੀਬਨ 5 ਤੋਂ 6 ਮੱਜਾ ਹੋ ਜਾਂ ਨਸਲੀ ਹੋਣ 6 ਹੋਣ ਠੀਕ ਜਿਹੜੀਆਂ ਉਹਦਾ ਤਕਰੀਬਨ ਕੁਝ 100 ਲੀਟਰ ਕਮ ਇਸ ਕਮ 100 ਲੀਟਰ ਦਾ ਦੁੱਧ ਜਾਏ ਜ਼ਬਰਦਸਤ ਠੀਕ ਹੈ ਜੀ ਉਹ 810 ਮੱਜਾਂ ਰੱਖ ਲੈ ਅਗਰ ਨਾਰਮਲ ਰੱਖਣੀਆਂ ਨੇ ਅੱਛੀਆਂ ਨੇ ਉਹ 6-7 ਵੀ 100 ਲੀਟਰ ਕਰ ਦਿੰਦੀਆਂ ਨੇ ਇੱਕ ਪਰਡੇ ਦਾ ਦੋ ਟਾਈਮ ਦਾ ਔਰ ਉਸ ਤੋਂ ਪਿੱਛੇ ਅਗਰ ਹੋ ਉਹਦੀ ਪ੍ਰਾਫਿਟ ਕਮ ਇਸ ਕਮ 2 ਤੋਂ 2.5 ਲੱਖ ਰੁਪਏ ਉਹਨਾਂ ਪ੍ਰਾਫਿਟ ਆਵੇਗੀ ਗੁਲ ਫਾਰਮ ਹੈਦਰ ਤਰੀਫਾਂ ਦੇ ਢੇਰ ਲਈ ਜਾਣਾ ਪਿਆ ਐ ਵੀ ਦੱਸ ਕਿ ਇਸ ਕੰਮ ਦੇ ਵਿੱਚ ਮੁਸ਼ਕਲਾਂ ਕਿਹੜੀਆਂ-ਕਿਹੜੀਆਂ ਆਉਂਦੀਆਂ ਨੇ ਮੁਸ਼ਕਲਾਂ ਬਹੁਤ ਜ਼ਿਆਦਾ ਆਉਂਦੀਆਂ ਨੇ ਵੇਖੋ ਅਗਰ ਤੋ ਤੁਸੀਂ ਕੱਲੇ ਹੋ ਫਿਰ ਤੁਸੀਂ ਕਿਸੇ ਹੋਰ ਪਾਸੇ ਜਾ ਨਹੀਂ ਸਕਦੇ ਇਹਦੇ ਤੇ ਤੁਹਾਨੂੰ ਟਾਈਮ ਦੇਣਾ ਪੈਣਾ ਲਾਜ਼ਮੀ ਹੈ ਕੋਈ ਇਹਦੇ ਵਿੱਚ ਛੁੱਟੀ ਨਹੀਂ ਹੈ Eid ਦੀ ਛੁੱਟੀ ਨਹੀਂ ਹੈ ਕੋਈ ਤਹਿਵਾਦ ਦੀ ਛੁੱਟੀ ਨਹੀਂ ਹੈ ਇਹਨਾਂ ਦਾ ਕੰਮ ਕਰਨਾ ਤੁਹਾਡੇ ਤੇ ਲਾਜ਼ਮੀ ਹੈ ਅਗਰ ਤੁਹਾਡੇ ਕੋਲ ਮੁਲਾਜ਼ਮ ਹੈ ਨੇ ਫਿਰ ਤੁਸੀਂ ਬਸਾਨੀ ਕਰ ਸਕਦੇ ਹੋ ਅਗਰ ਮੁਲਾਜ਼ਮ ਚਲੇ ਜਾਂਦੇ ਨੇ ਤੁਹਾਨੂੰ ਬਹੁਤ ਜ਼ਿਆਦਾ ਮੁਸ਼ਕਲ ਆ ਜਾਂਦੀ ਹੈ ਕਿਉਂਕਿ ਕੱਲੇ ਬੰਦੇ ਨੂੰ ਜ਼ਿਆਦਾ ਡੰਗਰਾਂ ਦਾ ਕੰਮ ਕਰਨਾ ਬਹੁਤ ਮੁਸ਼ਕਲ ਹੈ ਅਤੇ ਗੁਲਫਾਰਮ ਕੋਈ ਐਸਾ ਤਰੀਕਾ ਦੱਸ ਕੇ ਕੋਈ ਬੰਦਾ ਮੱਜਾਂ ਵੀ ਰੱਖੇ ਤੇ ਤੇਰੇ ਵਾਂਗ ਸੂਟ ਪਾ ਕੇ ਚੌਧਰੀ ਬਣ ਕੇ ਘੋੜੀ ਦੇ ਉੱਤੇ ਵੀ ਫਿਰੇ ਬਹਿ ਕੇ ਇਹ ਕਿੰਜ ਕਰੇ ਕੰਮ ਆਪਣੇ ਕਹਿੰਦਾ ਜੀ ਇਹਦਾ ਬਿਹਤਰੀਨ ਹੱਲ ਇਹਦਾ ਬਿਹਤਰੀਨ ਹੱਲ ਇਹ ਵੇ ਕਿ ਸੈਲਜ ਬਣਾਏ ਸੈਲਜ ਬਣਾਏ ਜੀ ਸੈਲਜ ਬਹੁਤ ਹੀ ਬਿਹਤਰੀਨ ਹੱਲ ਹੈ ਕਿਉਂਕਿ ਇੱਕ ਡੰਗਰ 7 ਤੋਂ 8 ਕਿਲੋ ਇੱਕ ਦਿਨ ਦਾ ਸੈਲਜ ਖਾਂਦਾ ਹੈ ਜਿਹਦੇ ਨਾਲ ਉਹ 8 24 ਘੰਟੇ ਤੱਕ ਨਾ ਗੁਜ਼ਾਰਾ ਜਿਹੜਾ ਨਾ ਕਰ ਸਕਦਾ ਹੈ ਠੀਕ ਹੈ ਉਹ ਸੈਲਜ ਇਕੱਠਾ ਹੋਇਆ ਹੋਣਾ ਹੈ ਉਹ ਚਾਹੇ ਤਾਂ ਖੁਦ ਪਾਸ ਦਾ ਅਗਰ ਇੱਕ ਮੁਲਾਜ਼ਮ ਰੱਖ ਲੈਂਦਾ ਉਹ ਤਾਂ ਬਿਲਕੁਲ ਆਪ ਸਾਫ਼ ਹੈ ਅਗਰ ਆਪ ਨਹੀਂ ਰੱਖਦਾ ਇੱਕ ਸੁਬਾ ਟਾਈਮ ਬਰ ਡਾਲ ਦੇ ਉਹ ਗੋਸਤ ਵਿੱਚ ਸ਼ਾਮ ਨੂੰ ਡਾਲ ਦੇ ਤਾਂ ਉਹ ਆਪ ਫਰੀ ਵੀ ਰਹਿ ਸਕਦਾ ਤੇ ਕੰਮ ਵੀ ਚੱਲਦਾ ਹੈ ਜ਼ਬਰਦਸਤ ਗੁਲਫਾਰਮ ਸਾਬ ਤੁਹਾਡਾ ਤਜਰਬਾ ਕੀ ਕਹਿੰਦਾ ਬਾਜ਼ ਸਾਡੇ ਰਵਾਇਤੀ ਫਾਰਮਰ ਕਹਿੰਦੇ ਨੇ ਸਾਇਲ ਜ ਮੱਝਾਂ ਵਾਸਤੇ ਚੰਗਾ ਨਹੀਂ ਹੁੰਦਾ ਗਾਵੀਆਂ ਵਾਸਤੇ ਚੰਗਾ ਹੁੰਦਾ ਨਹੀਂ ਜੀ ਮੱਝਾਂ ਵਾਸਤੇ ਵੀ ਚੰਗਾ ਹੈ ਇਹਦੇ ਵਿੱਚ ਇਹ ਵੇਖ ਕੇ ਅਗਰ ਤੁਸੀਂ ਇਹਨਾਂ ਨਾਲ ਡਰਮਿੰਗ ਔਰ ਉਸ ਪਿਛੇ ਇਹਨਾਂ ਨਾਲ ਮਸਾਲੇ ਵਗੈਰਾ ਬਿਲਕੁਲ ਤੁਸੀਂ ਡਾਕਟਰਾਂ ਦੇ مشورے ਦੇ ਨਾਲ ਤੁਸੀਂ ਦੇਂਦੇ ਰਵੋ ਇਹ ਕੋਈ ਮਸਲਾ ਨਹੀਂ ਹੈ ਬਹੁਤ ਬਿਹਤਰੀਨ ਹੈ ਗੁਲਫਾਮ ਸਾਹਿਬ ਖਾਲ ਵੰਡਾ ਕਿਹੜਾ ਪਾਉਂਦੇ ਹੋ ਖਾਲ ਜੀ ਐਨੀਮਲ ਐਨੀਮਲ ਕੇਅਰ ਵਾਲਿਆਂ ਦੀ ਜੀ ਜੀ ਬਿਲਕੁਲ ਤੇ ਸੁਣਿਆ ਕਿ ਵੰਡਿਆਂ ਦੇ ਸਾਈਡ ਇਫੈਕਟ ਵੀ ਹੁੰਦੇ ਨੇ ਬਾਜ਼ ਮੱਜਾਂ ਨੂੰ ਚੰਗੇ ਨਹੀਂ ਲੱਗਦੇ ਪਹਿਲੇ ਵੰਡੇ ਜਿਹੜੇ ਹਨ ਉਹਨਾਂ ਵਿੱਚ ਸਾਈਡ ਇਫੈਕਟ ਹੈ ਸਨ ਬਾਕੀ ਇੱਕ ਡਾਕਟਰ ਸਾਹਿਬ ਆਏ ਸਨ ਉਹਨਾਂ ਸਮਾਗ مشورہ ਦਿੱਤਾ ਕਿ ਤੁਸੀਂ ਐਨੀਮਲ ਕੇਅਰ ਵਾਲਿਆਂ ਦਾ ਵੰਡਾ ਪਾਓ ਉਦੋਂ ਨਾਲ ਜੋ ਜਦੋਂ ਦਾ ਇਹ ਵੰਡਾ ਯੂਜ਼ ਕੀਤਾ ਏ ਉਦੋਂ ਦੇ ਅਲਹਮਦੁਲਿਲਾ ਨਾ ਕੋ ਮੱਜਾਂ ਦੇ ਥਾਣਾ ਨੂੰ ਫਰਕ ਪਿਆ ਏ ਨਾ ਕੋ ਹੋਰ ਵੀ ਸਾਈਡ ਇਫੈਕਟ ਹੋਇਆ ਹੈ ਬੇ ਬੜਾ ਬਿਹਤਰੀਨ ਹੋਰ ਦੋਦੀ ਐਵਰੇਜ ਬਹੁਤ ਅੱਛੀ ਏ ਜਿਹਦੇ ਫੈਟ ਵੀ ਬਹੁਤ ਬਿਹਤਰੀਨ ਜਾ ਰਿਹਾ ਹੈ ਜ਼ਬਰਦਸਤ ਅੱਛਾ ਗੁਲਫਾਮ ਹੈ ਅਦਰ ਸਾਹਿਬ ਦੱਸੋ ਕਿ ਸਵੇਰ ਤੋਂ ਲੱਗ ਕੇ ਸ਼ਾਮ ਤੱਕ ਤੁਹਾਡੀਆਂ ਮੱਜਾਂ ਦੀ ਜਨਵਰਾਂ ਦੀ ਰੁਟੀਨ ਕੀ ਆ ਪੂਰੇ ਦਿਨ ਦੀ ਪੂਰੇ ਦਿਨ ਦੀ ਸਵੇਰ ਅੱਧਾ ਘੰਟਾ ਇਹਨਾਂ ਨੂੰ ਖਰਾਗ ਮਿਲਦੀ ਹੈ ਜੀ ਉਸ ਪਿੱਛੇ ਇਹਨਾਂ ਦੇ ਅੰਦਰ ਪੱਖੇ ਲੱਗੇ ਨੇ ਇਹਨਾਂ ਉਹਦੇ ਥੱਲੇ ਬਹਿ ਰਹੇ ਨੇ 12 ਤੋਂ 1 ਤੋਂ 2 ਵਜੇ ਤੱਕ ਇਹਨਾਂ ਬਾਹਰ ਨਹੀਂ ਕੱਲਣਾ ਹੈ 2:30 ਵਜੇ ਹੈ ਇਹਨਾਂ ਨੂੰ ਪੱਠੇ ਪਾ ਦੇਣੇ ਨੇ ਉਸ ਪਿੱਛੇ ਇਹਨਾਂ ਸ਼ਾਮ ਤੱਕ ਖਾਣੇ ਨੇ ਸ਼ਾਮ ਨੂੰ ਹੀ ਅਗੇ ਪੱਠੇ ਪਾਉਂਦੇ ਨੇ ਜੇ ਕਰੇ ਤੇ ਸ਼ਾਮ ਨੂੰ ਖਾ ਲੈਣ ਦਿਲ ਚਾਏ ਤਾਂ ਬਹਿ ਰਹਿਣ ਠੀਕ ਹੈ ਠੀਕ ਅੱਛਾ ਤੁਸੀਂ ਇਸ ਕੰਮ ਦੇ ਨਾਲ ਆਪਣੇ ਨਾਲ ਕੋਈ ਮੁਲਾਜ਼ਮ ਰੱਖਿਆ ਜਾਂ ਕੋਈ ਭਾਈ ਕੰਮ ਕਰਦਾ ਪਿਆ ਨਹੀਂ ਜੀ ਮੇਰੇ ਨਾਲ ਮੈਂ ਇੱਕ ਮੁਲਾਜ਼ਮ ਰੱਖਿਆ ਹੈ ਮੈਂ ਖੁਦ ਆ ਵੀ ਤੇ ਕੰਮ ਕਰ ਰਿਹਾ ਤੇ ਵਾਲਾ ਸਾਹਿਬ ਵੀ ਆ ਜਾਂਦੇ ਨੇ ਅੱਛਾ ਕੀ ਸਮਝਦੇ ਹੋ ਗਲਫਾਰਮ ਸਾਹਿਬ ਕੋ ਡੇਰੀ ਫਾਰਮ ਦੇ ਵਿੱਚ ਜਿਹੜਾ ਮਾਲਕ ਹੈ ਜਿਹੜਾ ਓਨਰ ਹੈ ਉਹਨੂੰ ਕਿੰਨੇ ਕੁ ਘੰਟੇ ਟਾਈਮ ਦੇਣਾ ਚਾਹੀਦਾ ਜੋ ਹੈ ਨਾ ਖੁਦ ਮੁਲਾਜ਼ਮ ਤੋਂ ਬਿਨਾਂ ਜਿਹਦਾ ਮੁਲਾਜ਼ਮ ਨਹੀਂ ਹੈ ਉਹਨੂੰ ਸਵੇਰ ਤੋਂ ਸਵੇਰ ਟਾਈਮ 3 ਘੰਟੇ ਕੰਮ ਉਸ ਪਿਛੇ ਵਿੱਚ ਪੰਜ ਤੋਂ 6 ਘੰਟੇ ਦੀ ਰੈਸਟ ਹੁੰਦੀ ਹੈ ਫਿਰ ਸ਼ਾਮ ਨੂੰ 4 ਘੰਟੇ ਜਿਹੜਾ ਨੇ ਇਹਨੂੰ ਕੰਮ ਕਰਨਾ ਪੈਣਾ ਹੈ ਕੋਰ ਬਿਹਤਰੀਨ ਤਰੀਕੇ ਨਾਲ ਕੰਮ ਕਰ ਸਕਦਾ ਹੈ ਅਗਰ ਤੇ ਮਲਾਜ਼ਮ ਹੋਵੇ ਸਵੇਰੇ 2 ਘੰਟੇ ਕੰਮ ਕਰੇ ਸਵੇਰ ਮਲਾਜ਼ਮ ਦੇ ਨਾਲ ਅਗਰ ਹਾਲਕੇ ਕਰੇ ਨਹੀਂ ਤਾਂ ਮਲਾਜ਼ਮ ਨੇ ਸਵੇਰ ਕੰਮ ਹੀ ਨਹੀਂ ਦੇਰੇ ਕਰਨਾ ਤੁਹਾਡੇ ਫਾਰਮ ਦੀ ਕੋਈ ਮੱਜ ਵੱਧ ਤੋਂ ਵੱਧ ਕਿੰਨਾ ਕਿਦੋਂ ਦਿੰਦੀ ਪਈ ਹੈ ਜੀ 16 ਲੀਟਰ ਤੱਕ 16 ਲੀਟਰ ਵਾਲਾ 21 ਜਨਵਰੀ ਆਏ ਹੈ ਇਸ ਦੇ علاوہ ਵੀ ਜਨਵਰ ਹੈ ਨਹੀਂ ਤਿੰਨ ਜਨਵਰ ਆਏ ਸਨ ਜਿਹੜੇ 16 ਲੀਟਰ ਦੇ ਰਹੇ ਨੇ ਉਸ ਪਿੱਛੇ ਵਿੱਚ ਦੋ ਨੇ ਜਿਹੜੇ 14 ਦੇ ਰਹੇ ਨੇ ਇੱਕ ਇੱਕ 12 ਦੇ ਵੀ ਲੀਟਰਾਂ ਦੇ ਆ ਰਹੀ ਏ ਇਹ ਮੱਜਾਂ ਘਰ ਦੀਆਂ ਪਾਲੀਆਂ ਇਹ ਬਾਹਰੋਂ ਲੈ ਕੇ ਆਏ ਹੋ ਮੈਂ ਜਿਹਦੇ ਵਿੱਚ ਦੋ ਮੱਜਾਂ ਬਾਹਰ ਤੋਂ ਲੈ ਕੇ ਆਇਆ ਹਾਂ ਬਾਕੀ ਮੈਂ ਸਾਰੀ ਬਰੀਡ ਮੇਰੇ ਕਰਦੀ ਏ ਠੀਕ ਹੈ ਅੱਛਾ ਹੋਰ ਕੋਈ ਮੱਜਾਂ ਦੇ ਮਸਲੇ ਮਸਾਇਲ ਕਿਹੜਿਆਂ ਨੂੰ ਆ ਜਾਂਦੇ ਨੇ ਫਿਰ ਉਹਨਾਂ ਦੇ ਇਲਾਜ ਵੀ ਕਿੰਜ ਕਰਦੇ ਹੋ ਬਹੁਤ ਜ਼ਿਆਦਾ ਮਸਲੇ ਆਂਦੇ ਨੇ ਹਮ ਮਸਲਨ ਮਸਲਨ ਕਿ ਕੋਈ ਵੀ ਬਿਮਾਰੀ ਹੋਵੇ ਤਾਂ ਪਹਿਲਾਂ ਅਗਰ ਤੋਂ ਦੀ ਟ੍ਰੀਟਮੈਂਟ ਪਹਿਲਾਂ ਕਰਵਾ ਲਈ ਜਾਂ ਫਾਸਟੀਕਲਵਾ ਲਈਏ ਫਿਰ ਤੇ ਅਸੀਂ ਬਾਜੀਦਾ ਇਹ ਤੇ ਗਲ ਕੋਟੂ ਮੂੰਖੁਰ ਇਸ ਤਰ੍ਹਾਂ ਦੀਆਂ ਕਈ ਬਿਮਾਰੀਆਂ ਜਿਹੜੀਆਂ ਨੇ ਉਹ ਹਮਲਾਵਰ ਹੋ ਜਾਂਦੀਆਂ ਨੇ ਫਿਰ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ ਠੀਕ ਉਸ ਤੋਂ ਪਹਿਲਾਂ ਅਗਰ ਕੰਟਰੋਲ ਕਰ ਲਈ ਜਾਏ ਤਾਂ ਉਹ ਬੋਡੀ ਬਿਹਤਰੀਨ ਹੁੰਦੀ ਹੈ ਤੇ ਇਹ ਮੱਝਾਂ ਦੇ ਵਾਸਤੇ ਚਾਰਾ ਕਿੰਨੀ ਕੁ ਜ਼ਮੀਨ ਤੇ ਕਾਸ਼ਤ ਕਰਦੇ ਹੋ ਅਸੀਂ 2 ਏਕੜ ਤੇ ਕਰ ਰਹੇ ਹਾਂ ਕਾਫੀ ਹੈ ਜੀ ਕਾਫੀ ਹੈ ਕੁਝ ਤੂੜੀ ਬਣੀ ਹੁੰਦੀ ਹੈ ਬਣੀ ਹੁੰਦੀ ਹੈ ਉਸ ਤੋਂ ਇਲਾਵਾ ਫਿਰ ਚਾਰਾ ਦੋ ਪੈਲੀਆਂ ਦਾ ਹੁੰਦਾ ਹੈ ਦੋ ਪੈਲੀਆਂ ਦੀ ਹੁੰਦੀ ਹੈ ਕਿ ਜੋ ਇਹ ਵੇ ਜਵਾਰ ਦੋ ਪੈਲੀਆਂ ਜਵਾਰ ਹੈ ਵਿੱਚ ਉਹਦੇ ਵਿੱਚ ਕੋਈ ਬਾਜਰਾ ਹੋ ਜਾਣਾ ਠੀਕ ਹੈ ਮੁਫਤ ਤਰੀਕੇ ਨਾਲ ਗੱਡਦੇ ਨਹੀਂ ਅਸੀਂ ਵਪਾਰ ਵੀ ਕਰਦੇ ਹੋ ਨਹੀਂ ਵਪਾਰ ਨਹੀਂ ਕਰ ਰਹੇ ਅਸੀਂ ਫਿਲਹਾਲ ਅਸੀਂ ਸਿਰਫ ਸ਼ੌਕ ਤੋਂ ਰੱਖੀਆਂ ਨੇ ਪਿਆਰ ਤੋਂ ਰੱਖੀਆਂ ਨੇ ਅਸੀਂ ਨਾਲ ਜਿਹੜੀ ਹੈ ਨੇ ਉਹਨਾਂ ਦਾ ਕਾਰੋਬਾਰ ਕਰ ਰਹੇ ਹਾਂ ਤੇ ਅਗਰ ਕਿਸੇ ਬੰਦੇ ਨੂੰ ਵੀਡੀਓ ਦੇਖ ਕੇ ਤੁਹਾਡੇ ਨਾਲ ਪਿਆਰ ਹੋ ਜਾਏ ਤੁਹਾਡਾ ਨੰਬਰ ਮੰਗੇਗਾ ਤੇ ਅਸੀਂ ਕਿਹੜਾ ਨੰਬਰ ਦਾਂਗੇ ਇਹ ਨੰਬਰ ਤੁਸੀਂ ਲਿਖ ਲਓ 03456586164